भगवंत सिंह मान दे वल्लों अज खटकड़ कलां दे विच सौं चुकी जाणी है। उत्थे ही पंजाब वासियां दे नाल नाल आप विधायक भी खटकड़ कलां दी धरती ते पहुंचने शुरू हो चुके ने। तलवंडी साबो तो आप विधायक प्रोफेसर बलजिंदर कौर खटकड़ कलां दे लई रवाना हो चुके ने, जिथे उन्हां दा कहना है कि लोग आप मुहारे पहुंच रहे ने। उन्हां नूं खुशी है कि लोकां ने बदलाव दी राजनीति नूं चुणिया। नाल ही कहा कि जेकर मनप्रीत सिंह बादल ने शहीदां दी धरती तों सौं चुकी सी, लोकां ने उन्हां नूं समा भी दिता सी, फिर क्यों नहीं शहीदां दे पूर्णियां ते चले। इस दे नाल ही प्रोफेसर बलजिंदर कौर ने दिल्ली दे विच आम आदमी पार्टी दे वल्लों कीते गए कम्मां दा वी जिक्र कीता। बिल्कुल, देखो पूरे पंजाब लई उत्साह इस वेले कि उन्हां शहीदां दी धरती ते इकट्ठे होके शहीदां नूं प्रणाम करदे होए जिहड़ी इस वेले आम आदमी पार्टी साडे मानयोग मुख्यमंत्री भगवंत मान जी सहुं चुकन जा रहे आ। सो बहुत एक तरह का मैं कहूँगी कि उन्हां शहीदां दी आत्मा नूं तां कि किते जाके जिहड़ा सुकून मिल सके। सो अज आम आदमी पार्टी उस खटखट कलां दी धरती ते इकट्ठे होण जा रहे। हल्के च किन्ना क उत्साह, पंजाब च किन्ना क बड़ा, लोकां ने 92 सीटां आईयां जिताईयां ने, किन्ना क लगदा मन? सो बहुत भारी उत्साह हैगा लोकां दे विच, क्योंकि इह दिन जिहड़ा आ मैं समझदी कि बड़ा ਘਾਲਣਾ ਘਾਲਣ ਤੋਂ ਬਾਅਦ ਆਇਆ ਗਾ, ਬੜੇ ਸਬਰ ਦੇ ਇਮਤਿਹਾਨ ਦੇਣ ਤੋਂ ਬਾਅਦ ਜਿਹੜਾ ਆ ਦਿਨ ਆਇਆ। ਅਤੇ ਅੱਜ ਜਿਸ ਵੇਲੇ ਸਹੁੰ ਚੁੱਕ ਸਮਾਗਮ ਆ, ਈਵਨ ਕਿ ਕੋਈ ਜਿਹੜੇ ਆ ਇੰਨੇ ਕੁ ਜ਼ਿਆਦਾ ਸੁਨੇਹੇ ਆ ਰਹੇ ਨੇ ਕਿ ਅਸੀਂ ਵੀ ਜਾਣਾ। ਸੋ ਸਮਝ ਨਹੀਂ ਆ ਰਹੀ ਕਿ ਪੂਰੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਉਤਸ਼ਾਹ, ਯਾਨੀ ਕਿ ਬਹੁਤ ਵੱਡਾ ਇਕੱਠ ਜਿਹੜਾ ਆ ਉਸ ਖਟਖੜ ਕਲਾਂ ਦੀ ਧਰਤੀ 'ਤੇ ਹੋਣ ਜਾ ਰਿਹਾ। ਲੋਕ ਆਪ ਮੁਹਾਰੇ ਉੱਥੇ ਪਹੁੰਚ ਰਹੇ ਨੇ, ਆਪ ਮੁਹਾਰੇ ਆਪਣੇ ਆਪਣੇ ਸਾਧਨਾਂ 'ਤੇ ਉੱਥੇ ਜਾ ਰਹੇ ਨੇ, ਜਿਹੜਾ ਇਸ ਗੱਲ ਨੂੰ ਸੰਕੇਤ ਕਰਦਾ ਕਿ ਇੱਕ ਖੁਸ਼ੀ ਦੀ ਲਹਿਰ, ਇੱਕ ਕ੍ਰਾਂਤੀ ਦੀ ਲਹਿਰ ਜਿਹੜੀ ਆ ਉਹ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਆਈ ਹੋਈ ਹੈ। ਕਿਸੇ ਟਾਈਮ ਮਨਪ੍ਰੀਤ ਸਿੰਘ ਬਾਦਲ ਨੇ ਵੀ ਤਾਂ ਸਹੁੰ ਖਾਧੀ ਸੀ ਮਿੱਟੀ ਚੱਕ ਕੇ ਵੀ ਮੈਂ ਭਗਤ ਸ਼ਹੀਦਾਂ ਦੀ ਗੱਲ ਕਰੂੰ, ਸ਼ਹੀਦਾਂ ਦੇ ਪੂਰਨਿਆਂ 'ਤੇ ਚੱਲੂੰ, ਪਰ ਅੱਜ ਉਹ ਕਾਂਗਰਸ 'ਚ ਜਾ ਕੇ ਰਗੜੇ ਪਏ ਨੇ। ਸ਼ਹੀਦਾਂ ਦੇ ਪੂਰਨਿਆਂ 'ਤੇ ਜਿਨ੍ਹਾਂ ਨੇ ਸਹੁੰਾਂ ਖਾਧੀਆਂ ਸੀ, ਫਿਰ ਉਹਨਾਂ ਨੇ ਚੱਲਣਾ ਸੀਗਾ, ਉਹਨਾਂ ਨੂੰ ਬੜਾ ਟਾਈਮ ਪੰਜਾਬ ਦੇ ਲੋਕਾਂ ਨੇ ਦਿੱਤਾ ਸੀਗਾ। ਸੋ ਆਮ ਆਦਮੀ ਪਾਰਟੀ ਤਾਂ ਉਹ ਪਾਰਟੀ ਆ ਜਿਹੜੀ ਕਿ ਦਿੱਲੀ ਤੋਂ ਸ਼ੁਰੂਆਤ ਕਰਦੀ ਆ, ਦਿੱਲੀ ਨੂੰ ਇੱਕ ਵਰਲਡ ਵਾਈਡ ਐਗਜ਼ਾਮਪਲ ਸੈੱਟ ਕਰਦੀ ਆ, ਦਿੱਲੀ ਦੇ ਵਿੱਚ ਲੋਕਾਂ ਨੂੰ ਸਕੂਨ ਕਹਿੰਦੇ ਹੁੰਦੇ ਸੁੱਖ ਦਾ ਸਾਹ ਦਿੰਦੀ ਆ ਸਾਰੇ ਕੰਮ ਨੇਪਰੇ ਚਾੜ ਕੇ। ਸੋ ਦਿੱਲੀ ਤੋਂ ਬਾਅਦ ਪੰਜਾਬ ਦਾ ਗੇਟਵੇ ਓਪਨ ਕਰਦੀ ਆ, ਤਾਂ ਇਸ ਪੰਜਾਬ ਦੇ ਗੇਟਵੇ ਦਾ ਮੈਸੇਜ ਆ ਜਿਹੜਾ ਪੂਰੇ ਥਰੂ ਆਊਟ ਵਰਲਡ ਜਾਣਾ ਆ, ਜਿਹੜਾ ਇਸ ਗੱਲ ਨੂੰ ਸੰਕੇਤ ਕਰ ਰਿਹਾ ਕਿ ਜੇ ਕੋਈ ਸਰਕਾਰ ਕੰਮ ਦੀ ਤਰਜੀਹ 'ਤੇ ਆਪਣੇ ਆਪ ਨੂੰ ਰਿਪੀਟ ਕਰ ਸਕਦੀ ਆ, ਆਪਣੇ ਆਪ ਨੂੰ ਦੂਜੀ ਤੀਜੀ ਵਾਰੀ ਲੈ ਕੇ ਆ ਸਕਦੀ ਆ, ਤਾਂ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ।